ਹੁਣ ਪਹਿਲਾਂ ਤਾਂ ਨਾ ਨੌਕਰੀ ਕਰਦਾ ਰਿਹਾ। ਗੁਰੂ ਗੋਰਖਨਾਥ ਨੇ ਕਿਹਾ ਇਹ ਤੱਖੀ ਰਾਗ ਉਹ ਤੈਨੂੰ ਪੂਰੀ ਅਜ਼ਮਤ ਦੇਵਾਂ, ਪੂਰੀ ਕਰਾਮਾਤ ਦੇਵਾਂ, ਮੇਰਾ ਆਸ਼ੀਰਵਾਦ ਤੇਰੇ ਸਿਰ ਤੇ ਹੈ, ਪਰ ਇਹ ਕੰਮ ਤੈ ਹੀ ਕਰਨਾ। ਜਾ ਤੈਨੂੰ ਵਰਦਾਨ ਦਿੱਤਾ, ਜਿੱਦਾਂ ਦਾ ਵੀ ਤੈ ਵਰਣ ਬਣਾਉਣਾ ਉਦਾਂ ਦਾ ਤੂੰ ਬਣਾ ਸਕਦਾ। ਆਖਿਆ ਅੱਛਾ ਜੀ, ਹੁਣ ਉਹਦਾ ਹੁਕਮ ਮੰਨ ਕੇ ਗੁਰੂ ਗੋਰਖਨਾਥ ਦਾ ਤੱਖੀ ਨਾਗ ਜੀ ਕਾਗ ਦਾ ਰੂਪ ਬਣਾਇਆ, ਅੱਧ ਸਮਾਨ ਦੇ ਵਿੱਚ ਉੜ ਕੇ ਉਡਾਰੀ ਮਾਰ ਕੇ ਪੌਣਾ ਦੇ ਨਾਲ ਪੌਣ ਮਿਲਾ ਕੇ ਤਾਂ ਤੱਖੀ ਨਾਗ ਕੌਰੂ ਦੇਸ਼ ਦੇ ਵਿੱਚ ਰਾਜਾ ਸਿੰਜੀ ਦੇ ਬਾਗ ਦੇ ਵਿੱਚ ਡੇਰੇ ਲਾ ਗਏ। ਬੋਲੋ ਸੱਚੇ ਦਰਬਾਰ ਕੀ। ਹੁਣ ਜਿਸ ਵੇਲੇ ਬਾਗਾਂ ਦੇ ਵਿੱਚ ਡੇਰੇ ਲਾਏ ਤਾਂ ਚਾਰ ਚੁਫੇਰੇ ਨਜ਼ਰਾਂ ਮਾਰ ਦੇ, ਇੱਥੇ ਤਾਂ ਹੈ ਹੀ ਕੋਈ ਨਹੀਂ। ਹੁਣ ਪਤਾ ਕਿੱਦਾਂ ਲੱਗੇ? ਦੇਖੋ ਤੱਖੀ ਨਾਗ ਵੀ ਬੜੀ ਹਸਤੀ ਮਹਾਨ ਹੈ। ਉਧਰ ਰਾਜਾ ਸਿੰਜੀ ਦੀ ਲੜਕੀ ਆਪਣੇ ਸਹੇਲੀਆਂ ਨੂੰ ਇਕੱਠੀਆਂ ਕਰਕੇ ਉਸੀ ਬਾਗ ਦੇ ਵਿੱਚ ਆ ਰਹੀ ਹੈ ਸੈਰ ਕਰਨ ਵਾਸਤੇ। ਹੁਣ ਮੇਲ ਮਿਲਣਾ ਨਾ, ਸੱਠ ਸਹੇਲੀਆਂ ਇਕੱਠੀਆਂ ਕਰ ਲਈਆਂ, ਆਪਣੇ ਬਾਗਾਂ ਨੂੰ ਸੈਲਾਂ ਵਾਸਤੇ ਆ ਰਹੀ ਹੈ। ਸਾਰੇ ਬਾਗ ਦੀ ਸੈਲ ਗੁਜ਼ਾਰੀ, ਸੁਲਿਆਰ ਨੇ ਸਹੇਲੀਆਂ ਦੇ ਨਾਲ ਔਰ ਹੁਕਮ ਲਗਾਇਆ ਚਲੋ ਨੀ, ਹੁਣ ਤਾਲਾਂ ਦੇ ਵਿੱਚ ਨਹਾਉਣ ਵਾਸਤੇ ਚਲ ਗਏ। ਉੱਧਰ ਤੱਖੀ ਨਾਗ ਨੇ ਆਪਣੀ ਕਾਇਆ ਪਲਟ ਕੇ ਸਾਰੀ ਗੱਲਬਾਤ ਦੇਖ ਰਿਹਾ ਕਿ ਹੁਣ ਇੱਥੇ ਗੱਲ ਬਣਨੀ। ਹੁਣ ਤੱਖੀ ਨਾਗ ਨੇ ਇਹ ਗੱਲ ਸੋਚੀ ਵੀ ਹੁਣ ਇਹਨਾਂ ਦਾ ਪਤਾ ਕਿੱਦਾਂ ਲੱਗਿਆ ਸੱਠ ਸਹੇਲੀਆਂ ਦੇ ਵਿੱਚ ਸੁਲਿਆਰ ਹੈ ਕੌਣ। ਦੇਖੋ ਇਹ ਵੀ ਅਨੁਮਾਨ ਲਗਾਉਣਾ ਬੜਾ ਔਖਾ ਹੈ। ਹੁਣ ਜਿੱਦਾਂ ਕਿ ਇੱਕ ਜੱਥਾ ਚੱਲਦਾ ਪੰਜਾਹ ਜਾਂ ਸੌ ਆਦਮੀ ਦਾ ਜੱਥਾ ਚੱਲਦਾ ਨਾ, ਤਾਂ ਸਭ ਤੋਂ ਇਹ ਪਹਿਲਾ ਗੱਲ ਦੇਖੀ ਜਾਂਦੀ ਹੈ ਵੀ ਇਹਨਾਂ ਦਾ ਮੁਖੀਆ ਕੌਣ, ਇਹਨਾਂ ਦਾ ਜੱਥੇਦਾਰ ਹੈ ਕੌਣ। ਤਾਂ ਕੁਦਰਤੀ ਪਤਾ ਲੱਗ ਜਾਂਦਾ ਵੀ ਯਾਰ ਇਹਦਾ ਜੱਥਾ ਹੈ ਕੋਈ, ਜੈ ਤਾਂ ਉਹਨੀ ਸਾਰਿਆਂ 'ਤੇ ਮੋਹਰ ਹੈ ਹੋਣਾ, ਜੈ ਤਾਂ ਉਹਦਾ ਕੋਈ ਰੂਪ ਹੀ ਅਲੱਗ ਹੋਣਾ। ਬੰਦਾ ਇਤਨਾ ਅਨੁਮਾਨ ਤਾਂ ਲਗਾ ਹੀ ਸਕਦਾ। ਹੁਣ ਦਿਲ ਦੇ ਵਿੱਚ ਵਿਚਾਰ ਕੀਤਾ, ਸਾਰੀਆਂ ਸਹੇਲੀਆਂ ਜਿਹੜੀਆਂ ਤੱਖੀ ਨਾਗ ਨੇ ਨਜ਼ਰ ਮਾਰੀ ਤਾਂ ਹੁਣ ਉਹਦਾ ਇੱਕ ਮਿੰਟ ਵੀ ਸੁਲਿਆਰ ਦਾ ਸਹੇਲੀਆਂ ਵਸਾ ਨਾ ਕਰਨ। ਉਸ ਵੇਲੇ ਤੱਖੀ ਨਾਗ ਨੇ ਸੋਚ ਲਿਆ ਵੀ ਇਹੀ ਰਾਜੇ ਦੀ ਲੜਕੀ ਹੋ ਸਕਦੀ ਹੈ, ਕਿਉਂ ਇਹਦਾ ਵਸਾ ਇਹ ਸਾਰੀਆਂ ਨਹੀਂ ਕਰ ਰਹੀਆਂ ਤਾਂ ਜ਼ਰੂਰ ਇਹ ਬੜੇ ਘਰ ਦੀ ਹੈ। ਆਖਰ ਪਤਾ ਲਗਾਇਆ ਤਾਂ ਉਹਨਾਂ ਨੇ ਹੁਣ ਤਾਲਾਂ ਦੇ ਵਿੱਚ ਵੜ ਗਈਆਂ ਨਹਾਉਣ ਵਾਸਤੇ, ਸੈਲ ਗੁਜ਼ਾਰ ਕੇ ਤਾਲਾਂ 'ਤੇ ਸਨਾਨ ਕਰਨ ਵਾਸਤੇ ਵੜ ਗਈਆਂ। ਉਸ ਵੇਲੇ ਤੱਖੀ ਨਾਗ ਨੇ ਆਪਣੀ ਦੇਹ ਪਲਟੀ ਤਾਂ ਸਪੋਲੀਆ ਬਣ ਗਿਆ। ਜਿਸ ਵੇਲੇ ਸਪੋਲੀ ਦਾ ਰੂਪ ਧਾਰ ਕੇ ਪਾਣੀ ਦੇ ਵਿੱਚ ਸੁਲਿਆਰ ਨੂੰ ਡੰਗ ਚਲਾ ਦਿੱਤਾ। ਬੋਲੋ ਸੱਚੇ ਦਰਬਾਰ ਕੀ। ਡੰਗ ਚਲਾਇਆ ਤਾਂ ਉਹਨੂੰ ਕੋਈ ਪਤਾ ਨਹੀਂ, ਪਹਿਲੀ ਗੱਲ ਤਾਂ ਪਾਣੀ ਵਿੱਚ ਡੰਗ ਚੱਲਦਾ ਹੀ ਨਹੀਂ,
ਉਹਦਾ ਵਿਸ਼ ਪ੍ਰਵੇਸ਼ ਨਹੀਂ ਹੁੰਦਾ। ਜੇ ਮੁੱਚ ਮਾਰ ਵੀ ਦੇਵੇ ਨਾ ਉਹ ਤਾਂ ਵਿਸ਼ ਪ੍ਰਵੇਸ਼ ਨਹੀਂ ਹੁੰਦਾ, ਨਾ ਪਤਾ ਹੀ ਲੱਗਦਾ ਪਾਣੀ ਦੇ ਵਿੱਚ। ਆ ਗਈਆਂ ਬਾਹਰ ਦੂਜੇ ਨੰਬਰ ਤੇ। ਹੁਣ ਕਹਿਣ ਲੱਗੀ ਸੁਲਿਆਰ, ਚਲੋ ਨੀ ਹੁਣ ਪੀਂਘਾਂ ਚੁੱਟਣ ਚੱਲੀਏ। ਬਾਗਾਂ ਦੇ ਵਿੱਚ ਪੀਂਘਾਂ ਪਈਆਂ ਰਾਜਾ ਦੀ ਬੇਟੀ ਨੂੰ ਸੁਲਿਆਰ ਵਾਸਤੇ ਸਹੇਲੀਆਂ ਨਾਲ। ਹੁਣ ਸਾਰੀਆਂ ਸਹੀਆਂ ਨੇ ਪੀਂਘ ਚੁੱਟੀ, ਬਾਰੀ ਸੁਲਿਆਰ ਦੀ ਆ ਗਈ। ਫਿਰ ਹੁਣ ਜਿਸ ਵੇਲੇ ਸੁਲਿਆਰ ਨੇ ਪੀਂਘ ਦੇ ਪੈਰ ਰੱਖਿਆ, ਪੀਂਘ ਹੁਲਾਰੇ ਤੇ ਚੜਾਈ, ਤਾਂ ਉਹਨੂੰ ਤੱਖੀ ਨਾਗ ਨੇ ਪਹਿਲੇ ਸਪੋਲੀਏ ਦਾ ਰੂਪ ਬਣ ਕੇ ਪੰਘੂੜੀ ਦੇ ਵਿੱਚ ਛੁਪ ਕੇ ਬੈਠ ਗਿਆ। ਇੰਨਾ ਅਨੁਮਾਨ ਤੱਖੀ ਨਾਗ ਦਾ। ਜਿਸ ਵੇਲੇ ਉਹਨੇ ਆਪਸ ਵਿੱਚ ਗੱਲਾਂ ਕੀਤੀ ਕਿ ਚਲੋ ਹੁਣ ਪੀਂਘਾਂ ਦੇ ਝੁੱਟਣ ਨੂੰ ਜਾਣਾ, ਤਾਂ ਹੁਣ ਸਪੋਲੀਏ ਤਾਂ ਮਗਰ ਹੀ ਹੈ, ਉਹ ਕਿਹੜਾ ਦੁਸਰਿਆ ਕਿਸੇ ਨੂੰ। ਉਹ ਜਾ ਕੇ ਪਹਿਲਾਂ ਹੀ ਪੰਘੂੜੇ ਦੇ ਵਿੱਚ ਬੈਠ ਗਿਆ ਛੁੱਪ ਕੇ। ਸਾਰੀਆਂ ਸਹੇਲੀਆਂ ਨੇ ਪੀਂਘ ਝੂਟੀ। ਜਿਸ ਵੇਲੇ ਸੁਲਿਆਰ ਨੇ ਪੀਂਘ ਚੜਾਈ, ਤਾਂ ਹੁਣ ਉਹਨੂੰ ਪੈਰ ਨੂੰ ਡੰਗ ਮਾਰਦਾ। ਬੋਲੋ ਸੱਚੇ ਦਰਬਾਰ ਕੀ। ਜਿਸ ਵੇਲੇ ਡੰਗ ਮਾਰਿਆ ਤਾਂ ਲੜਕੀ ਜਿਹੜੀ ਹੈ ਪੀਂਘ ਰੋਕ ਦਿੱਤੀ। ਜਿਸ ਵੇਲੇ ਰੋਕ ਦਿੱਤੀ ਤਾਂ ਉਹ ਧਰਤੀ ਤੇ ਪੈ ਗਈ। ਧਰਤੀ ਤੇ ਪੈ ਗਈ ਤਾਂ ਸਹੇਲੀਆਂ ਮਗਰ ਹੋ ਗਈਆਂ ਸਾਰੀਆਂ, ਤੇ ਇਹਨੂੰ ਪਤਾ ਨਹੀਂ ਕਿਆ ਹੋਇਆ, ਅਸੀਂ ਵੀ ਝੂਟੀਆਂ ਹੀ ਆ। ਸਹੇਲੀਆਂ ਨੇ ਉਹਨੂੰ ਦਿਲਾਸਾ ਦਿੱਤਾ, ਭੈਣੇ ਕੀ ਹੋ ਗਿਆ ਤੈਨੂੰ, ਉੱਠ, ਕਾਹਨੂੰ ਸੁਰਤ ਭੁਲਾ ਕੇ ਪੈ ਗਈ ਆ। ਸ਼ਾਇਦ ਹੋ ਸਕਦਾ ਤੈਨੂੰ ਕਿਤੇ ਇਸ ਰੱਸੀ ਦਾ ਕੰਡਾ ਚੁੱਭ ਗਿਆ ਹੋਵੇ, ਕੋਈ ਬੜੀ ਗੱਲ ਨਹੀਂ ਹੈ, ਉੱਠ। ਦੇਖੋ ਸਾਰਿਆਂ ਤੇ ਵੱਡਾ ਵਹਿਮ ਨਖਾਂਦਾ ਬੰਦੇ, ਜਿਸ ਬੰਦੇ ਨੂੰ ਵਹਿਮ ਖਾ ਲਿਆ ਨਾ ਉਹ ਮੁੜ ਕੇ ਉਹ ਸੁਧਰ ਨਹੀਂ ਸਕਦਾ। ਜਿਸ ਬੰਦੇ ਨੂੰ ਵਹਿਮ ਨਹੀਂ ਉਹਦੇ ਭਾਵਾਂ ਖੜ ਭਾਈ ਲੜ ਜਾਵੇ। ਦਿਲ ਨੂੰ ਪੱਕਾ ਕਰਨਾ ਚਾਹੀਦਾ, ਜੇ ਲੜ ਵੀ ਗਿਆ ਕੋਈ ਬਾਤ ਨਹੀਂ, ਘਬਰਾਓ ਮਤ, ਕਿਆ ਹੋ ਜਾਣਾ, ਮਰਨਾ ਇੱਕ ਦਿਨ ਸਾਰਿਆਂ ਨੇ ਹੀ ਹੈ। ਇਹੀ ਸੋਚ ਲਓ ਵੀ ਚੱਲ ਕੋਈ ਨਹੀਂ ਯਾਰ, ਆਪੇ ਲੜਦੇ ਲੁੜਦੇ ਹੁੰਦੇ। ਲੇਕਿਨ ਇੰਨਾ ਦਿਲ ਕਟਰ ਕਰਨਾ ਪੈਂਦਾ ਇਸ ਚੀਜ਼ 'ਤੇ, ਫਿਰ ਬੰਦਾ ਉਹਦਾ ਬਚਾਓ ਹੋ ਸਕਦਾ। ਜਿਹਨੂੰ ਇੱਕ ਵਾਰ ਵਹਿਮ ਪੈ ਗਿਆ ਉਸ ਵਹਿਮ ਦਾ ਇਲਾਜ ਨਹੀਂ, ਉਹਦਾ ਭੂਤ ਦਾ ਇਲਾਜ ਹੋ ਜਾਂਦਾ, ਉਹਦਾ ਬਚਾਓ ਨਹੀਂ ਹੋ ਸਕਦਾ। ਕਿਉਂ? ਅੱਧਾ ਤਾਂ ਉਹਨੇ ਉਹ ਘਬਰਾ ਕੇ ਮਰ ਜਾਣਾ। ਫਿਰ ਘਬਰਾਉਣ ਦੇ ਵਿੱਚ ਇਸ ਚੀਜ਼ ਦਾ ਵਿਸ਼ ਬਹੁਤ ਜਲਦੀ ਪ੍ਰਵੇਸ਼ ਹੁੰਦਾ। ਕਿਉਂ? ਪਤਾ ਜੋ ਲੱਗ ਗਿਆ ਉਹਨੂੰ ਵੀ ਮੈਨੂੰ ਲੜ ਗਿਆ। ਹੁਣ ਉਹ ਲੜਕੀ ਉੱਠ ਕੇ ਬੈਠ ਗਈ। ਜਿਸ ਵੇਲੇ ਬੈਠ ਗਈ ਤੱਖੀ ਨਾਗ ਸੋਚੇ, ਉਹ ਮੇਰੇ ਦੋ ਵਾਰ ਜਿਹੜੇ ਉਹ ਖਾਲੀ ਚਾ ਚੁੱਕੇ, ਇਹਨੂੰ ਤਾਂ ਅਸਰ ਹੀ ਕੋਈ ਨਹੀਂ ਹੋਇਆ, ਕੀਤਾ ਕਿਆ ਜਾਏ। ਹੁਣ ਮੇਰੇ ਕੋਲ ਹਥਿਆਰ ਤਾਂ ਇਹੀ ਹੈ, ਹੋਰ ਤਾਂ ਮੈਂ ਕੁਛ ਕਰ ਨਹੀਂ ਸਕਦਾ। ਲਾਓ ਸੱਜਣੋ, ਹੁਣ ਗੁਰੂ ਦਾ ਧਿਆਨ ਲਗਾਇਆ ਤੱਖੀ ਨਾਗ ਨੇ ਉੱਥੋਂ ਹੀ ਕਿ ਗੁਰੂ ਸਾਹਿਬ ਉਹ ਮੇਰੇ ਦੋ ਵਾਰ ਖਾਲੀ ਚੱਲ ਗਏ, ਹੁਣ ਮੈਨੂੰ ਦੱਸੋ ਅੱਗੇ ਕਿਆ ਕਰਾਂ, ਮੈਂ ਰਸਤਾ ਦੱਸੋ। ਉਸ ਵੇਲੇ ਗੁਰੂ ਨੇ ਆਵਾਜ਼ ਦਿੱਤੀ, ਬੇਟਾ
ਤੈ ਉਹਨੂੰ ਦਰਸ਼ਨ ਨਹੀਂ ਦਿੱਤੇ, ਇਸ ਕਰਕੇ ਵਿਸ਼ ਪ੍ਰਵੇਸ਼ ਨਹੀਂ ਹੋਇਆ। ਬੋਲੋ ਸੱਚੇ ਦਰਬਾਰ ਕੀ ਜਾਲੇ ਤਾਈ ਦਰਸ਼ਨ ਨਹੀਂ ਨਾ ਹੋਏ, ਜਾਲੇ ਤਾਈ ਬੇਸ ਨਹੀਂ ਚੜ੍ਹਦਾ। ਕਿਉਂ ਵਹਿਮ ਹੀ ਨਹੀਂ ਹੋਣਾ ਸਾਨੂੰ, ਵਹਿਮ ਨਾਲ ਜ਼ਿਆਦਾ ਬੇਸ ਚੜ੍ਹਦਾ। ਜੇ ਵਹਿਮ ਨਹੀਂ ਹੋਵੇ ਫਿਰ ਕੁਛ ਪਲਾਂ ਦੀ ਉਹਨੂੰ ਗਰੰਟੀ ਮਿਲ ਜਾਂਦੀ ਹੈ, ਕਿਉਂ ਪਤਾ ਨਹੀਂ। ਉਸ ਵੇਲੇ ਗੋਰਖਨਾਥ ਨੇ ਆਵਾਜ਼ ਦਿੱਤੀ ਕਿ ਇਹਨੂੰ ਡੰਗ ਮਾਰ ਕੇ ਦਰਸ਼ਨ ਦਿਓ, ਫਿਰ ਤੇਰਾ ਕੰਮ ਬਣੂਗਾ। ਬੋਲੋ ਸੱਚੇ ਦਰਬਾਰ ਕੀ ਜੈ। ਲਓ ਸਜਣੋ, ਉੱਧਰ ਸਹੇਲੀਆਂ ਨੇ ਕਿਆ ਕੀਤਾ, ਸੁਲਿਆਰ ਕਹਿ ਰਹੀ ਹੈ ਭੈਣੋ ਹੁਣ ਬਾਗਾਂ ਦੇ ਵਿੱਚ ਫੁੱਲ ਤੋੜੋ, ਸੋਹਣੇ ਸੋਹਣੇ ਹਾਰ ਬਣਾਓ। ਜਿਸ ਵੇਲੇ ਸਹੇਲੀਆਂ ਨੇ ਫੁੱਲ ਤੋੜ ਕੇ ਹਾਰ ਬਣਾਏ, ਉੱਧਰ ਸੁਲਿਆਰ ਵੀ ਫੁੱਲ ਤੋੜਨ ਵਾਸਤੇ ਤਿਆਰੀ ਕਰ ਲਈ। ਹੁਣ ਤੱਕੀ ਨਾਗ ਤਾਂ ਉਹਨੇ ਤੇ ਨਜ਼ਰ ਟਕਾਈ ਹੋਈ ਸੀ ਕਿ ਸੁਲਿਆਰ ਇਹ ਹੈ, ਭੈਣ ਤਾਂ ਉਹਦੇ ਮਗਰ ਹੀ ਆ। ਜਿਸ ਵੇਲੇ ਉਹਨੇ ਹੁਣ ਫੁੱਲ ਤੋੜਨ ਦੀ ਤਿਆਰੀ ਕੀਤੀ ਤਾਂ ਸਪੋਲੀਏ ਦਾ ਰੂਪ ਧਾਰ ਕੇ ਫੁੱਲ ਦੇ ਵਿੱਚ ਜਾ ਕੇ ਬੈਠਾ। ਜਿਸ ਵੇਲੇ ਫੁੱਲ ਦੇ ਵਿੱਚ ਜਾ ਕੇ ਬੈਠ ਗਿਆ, ਉਸ ਫੁੱਲ ਦਾ ਰੂਪ ਹੀ ਸੁਹਾਵਾਂ ਬਣ ਗਿਆ ਔਰ ਸਾਰਿਆਂ ਫੁੱਲਾਂ ਦੇ ਵਿੱਚ ਉਹ ਫੁੱਲ ਹੀ ਸੁਹਾਵਾਂ ਬਣ ਗਿਆ। ਜਿਸ ਵੇਲੇ ਸਜਣੋ ਹੁਣ ਸੁਲਿਆਰ ਨੇ ਜਾ ਕੇ ਉਸੀ ਫੁੱਲ ਨੂੰ ਹੱਥ ਪਾਇਆ, ਕਿਉਂ ਸਭ ਤੋਂ ਅੱਛਾ ਫੁੱਲ ਸੀ ਜਿਹਦੇ ਵਿੱਚ ਉਹ ਹੋਣੀ ਬੈਠੀ ਹੋਈ ਸੀ। ਜਿੱਦਾਂ ਕਿ ਹੱਥ ਪਾਇਆ ਹੀ ਤਾਂ ਤੱਖੀ ਨਾਗ ਨੇ ਉਹਨੂੰ ਡੰਗ ਚਲਾਇਆ ਔਰ ਡੰਗ ਚਲਾਉਣ ਸਾਰੀ ਆਪਣਾ ਭੇਸ ਬਦਲ ਕੇ ਬ੍ਰਾਂਡ ਰੂਪ ਐਡਾ ਫਾਣਾ ਜਿਹੜਾ ਉਹ ਖਿਲਾਰ ਸਕਿਆ। ਜਿਸ ਵੇਲੇ ਸੁਲਿਆਰ ਨੇ ਦੇਖਿਆ ਫਿਰ ਤਾਂ ਕਾਹਨੂੰ ਬੇਹੋਸ਼ ਹੋ ਗਈ, ਧਰਤ ਤੇ ਪੈ ਗਈ ਔਰ ਸਹੇਲੀਆਂ ਨੇ ਵੀ ਉਹਨੂੰ ਦੇਖ ਲਿਆ ਤੇ ਸਾਡੀ ਭੈਣ ਸੁਲਿਆਰ ਨੂੰ ਕਾਲੇ ਖੜਫੇ ਨਾ ਖਾ ਲਿਓ। ਨਾਗ ਨਾ ਡੱਸ ਲਿਆ, ਹੁਣ ਸਹੇਲੀਆਂ ਉਹਨੂੰ ਉਠਾਲਦੀਆਂ ਕਿ ਭੈਣੇ ਉਹ ਉੱਠ ਘਰ ਤੱਕ ਤਾਂ ਚੱਲੀਏ, ਲੇਕਿਨ ਕਿੱਥੇ ਉਹਨੇ ਜਦ ਦੇਖ ਜਾ ਲਿਆ ਤਾਂ ਸੁਰਤ ਭੁਲਾ। ਲਓ ਉਹਨਾਂ ਸਹੇਲੀਆਂ ਨੇ ਸੁਲਿਆਰ ਨੂੰ ਚੱਕ ਕੇ ਰਾਜਾ ਸਿੰਜੀ ਦੇ ਮਹਿਲਾਂ ਦੇ ਵਿੱਚ ਜਾ ਕੇ ਪੁਜਾ ਦਿੱਤਾ ਔਰ ਰਾਜੇ ਨੂੰ ਕਿਹਾ ਕਿ ਤੇਰੇ ਇਸ ਲੜਕੀ ਨੂੰ ਨਾਗ ਨੇ ਡੱਸ ਲਿਆ, ਹੁਣ ਇਹਦਾ ਤੂੰ ਇਲਾਜ ਕਰਾ ਲੈ ਭਾਈ। ਲਓ ਜੀ, ਜਿਸ ਵੇਲਾ ਸਿੰਜੀ ਰਾਜੇ ਨੇ ਇੰਨੀ ਗੱਲ ਸੁਣੀ ਥਰ ਥਰ ਕੰਬ ਗਿਆ, ਕਹਿਣ ਲੱਗਾ ਓਏ ਉਹ ਇੱਕ ਲੁੰਗ ਸਾਡੇ ਸੀਗੀ ਇਹ ਲੜਕੀ, ਇਹ ਵੀ ਨਾਗ ਨੇ ਖਾ ਲਈ, ਇਹਨੇ ਕਿੱਥੇ ਬਚਣਾ, ਅਸੀਂ ਫਿਰ ਉਦਾਂ ਦੇ ਉਦਾਂ ਰਹਿ ਗਏ। ਸਾਰੇ ਸ਼ਹਿਰ ਦੇ ਝੋਲਣ ਵਾਲੇ ਚੇਲੇ ਇੱਦਾਂ ਦੇ ਸਾਰੇ ਬੁਲਾ ਲਏ, ਬੈਦ ਵੀ ਮੰਗਾ ਲਏ, ਲੇਕਿਨ ਸਜਣੋ ਮੇਲਾ ਲੱਗ ਗਿਆ ਰਾਜਾ ਸਿੰਜੀ ਦੇ ਮਹਿਲਾਂ ਦੇ ਵਿੱਚ। ਜ਼ੋਰ ਲਾ ਲਿਆ ਸਾਰਿਆਂ ਚੇਲਿਆਂ ਨੇ, ਵਿਸ਼ ਨਹੀਂ ਉਤਰਿਆ। ਜਿਸ ਵੇਲੇ ਵਿਸ਼ ਨਹੀਂ ਉਤਰਿਆ ਸਾਰੇ ਰਾਜ ਵਿੱਚ ਖਬਰਾਂ ਫੈਲ ਗਈਆਂ, ਹੁਣ ਜਨਾਨਾ ਵੱਲ ਗੱਲਬਾਤ ਛੇਤੀ ਪੁੱਜਦੀ।
ਇੱਕ ਨੂੰ ਪਤਾ ਲੱਗ ਗਿਆ ਤਾਂ ਸਮਝ ਲਓ ਹਜ਼ਾਰ ਨੂੰ ਲੱਗ ਗਿਆ। ਕਿਉਂ ਅੱਗੇ ਤੇ ਅੱਗੇ ਬੈਰਲਸ ਚੱਲਦੀ ਇਹਨਾਂ ਦੀ, ਇਹਦੀ ਵਿਸ਼ਨੂੰ ਨੂੰ ਵਕਤ ਪਾ ਦਿੱਤਾ, ਇਹਨੇ ਉਹਦੇ ਨਾਲ ਨੀ ਘੱਟ ਕੀਤੀ। ਇਹ ਮਹਿਕਮਾ ਇੱਦਾਂ ਦਾ, ਜੇ ਮੈਂ ਹੁਣ ਦੱਸਾਂ ਤਾਂ ਵਾਕਈ ਤੁਸੀਂ ਗੱਲ ਮੰਨਣੀ ਪੈਣੀ ਤੁਹਾਨੂੰ, ਮੈਂ ਤੁਹਾਡੀ ਨੀ ਗੱਲ ਕਰ ਰਿਹਾ, ਪਹਿਲਾਂ ਤੇ ਚੱਲਿਆ ਇਹ ਗੱਲ, ਪਹਿਲਾਂ ਤੇ ਚੱਲਿਆ। ਲਓ ਸਜਣੋ, ਹੁਣ ਤੱਖੀ ਨਾਗ ਨੇ ਆਪਣੀ ਕਾਇਆ ਪਲਟੀ ਔਰ ਪੰਡਤ ਦਾ ਰੂਪ ਧਾਰ ਕੇ ਖੂਹ ਪਰ ਡੇਰਾ ਲਾ ਲਿਆ ਵੀ ਇੱਥੋਂ ਗੱਲ ਮਿਲਣੀ ਖੂਹ ਪਰ। ਜਨਾਨਾਂ ਇਕੱਠੀਆਂ ਹੋ ਕੇ ਖੂਹੇ ਪਰ ਆਉਂਦੀਆਂ ਪਾਣੀ ਭਰ, ਉਹ ਹੁਣ ਤਾਂ ਰਸੋਈ ਵਿੱਚ ਸੱਤ ਸੱਤ ਤਾਂ ਟੂਟੀਆਂ ਭਾਂਡਿਆਂ ਮਾਂਜਣੇ ਨੂੰ ਹੋ ਗਈਆਂ, ਅੰਦਰ ਹੀ ਆਹੋ ਅੰਦਰ ਹੈ ਵੀ ਸਭ ਕੁਛ ਹੀ ਹੈ, ਮਤਲਬ ਹੀ ਨਹੀਂ ਰਸੋਈ ਦੇ ਨਾਲ ਤਾਂ ਖਾਸ ਚੀਜ਼ ਬਣੀ ਹੋਈ ਹੁੰਦੀ। ਆਹੋ ਦੇਖੀ ਅਸੀਂ ਜਿਹਨੂੰ ਕਿਆ ਬੋਲਦੇ, ਜਿਹਦੇ ਕਰਕੇ ਅਸੀਂ ਕਿਲੋ ਕਿਲੋਮੀਟਰ ਜਾਂਦੇ ਥੇ, ਹੁਣ ਪਹਿਲਾਂ ਵਾਲੀਆਂ ਗੱਲਾਂ ਨੇ। ਲਾਓ ਸਜਣੋ, ਹੁਣ ਸ਼ਹਿਰਾਂ ਦੀਆਂ ਨਾਰੀਆਂ ਇਕੱਠੀਆਂ ਹੋ ਲਈਆਂ ਔਰ ਆਪਣੇ ਆਪਣੇ ਸਿਰਾਂ ਤੇ ਗਾਗਰਾਂ ਚੱਕ ਕੇ ਤੇ ਖੂਹ ਪਾਣੀ ਭਰਨ ਵਾਸਤੇ ਗਈਆਂ ਔਰ ਪਾਣੀ ਭਰਦੀਆਂ ਗੱਲਾਂ ਕਰਦੀਆਂ। ਮੁਈਏ ਤੈਨੂੰ ਵੀ ਲੱਗਿਆ ਪਤਾ, ਕਾਹਦਾ ਮੁਈਏ ਤੈਨੂੰ ਨੀ ਪਤਾ, ਰਾਜਾ ਸਿੰਘ ਜੀ ਦੀ ਲੜਕੀ ਜਿਹੜੀ ਹੈ ਸੋਲਿਆਰ ਸੀਲਾ ਬੰਤੀ, ਉਹਨੂੰ ਏਡਾ ਖੜਪਾ ਲੜਿਆ, ਬਸ ਉਹ ਆਪਣੀ ਗੱਲ ਭਾਵਾਂ ਇੰਨਾ ਕੀ ਲੜਿਆ ਹੋਵੇ ਲੇਕਿਨ ਉਹ ਏਡਾ ਤਾਂ ਉਹ ਨਹੀਂ ਕਰਨਾ। ਇਹ ਮਜ਼ਾਕ ਦੀ ਗੱਲ ਨਹੀਂ ਹੈ, ਕਿਉਂ ਦੇਖਿਆ ਤਾਂ ਉਹਨਾਂ ਨੇ ਹੋਣਾ ਹੀ ਨਹੀਂ, ਦੇਖਿਆ ਤਾਂ ਕੁੜੀਆਂ ਨੇ, ਪਰ ਹੁਣ ਕੁੜੀਆਂ ਦਾ ਸੱਚ ਉਹ ਨਹੀਂ ਮੰਨ ਲਿਆ। ਕੁੜੀਆਂ ਦਾ ਤਾਂ ਪਤਾ ਉਹਨੂੰ ਜਿਸ ਵੇਲੇ ਬਰਾੜ ਰੂਪ ਧਾਰਿਆ ਨਾ, ਵਿਸ਼ ਦਾ ਪ੍ਰਵੇਸ਼ ਹੀ ਉਹਨੂੰ ਤਾਂ ਹੋਇਆ। ਲਓ ਸਜਣੋ, ਹੁਣ ਉਹ ਪੰਡਿਤ ਬਣਿਆ ਜਿਹੜਾ ਤੱਖੀ ਨਾਗ ਬੜਾ ਕੰਨ ਰੱਖਦਾ ਕਿ ਦੇਖਣਾ ਕਿਹੜੀ ਗੱਲ ਕਰਦੀ ਆ। ਉੱਪਰ ਆਸਣ ਲਾਇਆ ਉਹਨੇ ਬੈਠੇ ਆ, ਨਾਲੇ ਇੱਕ ਇੱਕ ਅੱਖ ਨਾਲ ਦੇਖੀ ਜਾਂਦਾ ਵੀ ਕਿਹੜੀ ਜਨਾਨੀ ਕਿਹੜੀ ਗੱਲ ਕਰਦੀ ਹੈ। ਜਿਸ ਵੇਲਾ ਸੁਲਿਆਰ ਦੀ ਗੱਲ ਸ਼ੁਰੂ ਕਰ ਦਿੱਤੀ, ਬੜਾ ਕੰਨ ਕੀਤਾ ਅੱਗੇ ਨੂੰ, ਬੜੇ ਧਿਆਨ ਨਾਲ ਸੁਣਿਆ, ਮੁਈਆ ਖੜਪੇ ਨਾ ਖਾ ਲਈ, ਹੋਸ ਭੁੱਲ ਗਈ ਉਹਨੂੰ, ਬਚਣੇ ਦੀ ਮੇਦ ਨਹੀਂ ਹੈ। ਕਈ ਬੋਲਦੀ ਆਹ ਮੁਈਆ ਮੈਂ ਵੀ ਦੇਖਿਆ ਸਾਹ ਕੋਈ ਬਿਰਲਾ ਬਿਰਲਾ ਹੀ ਹੈ, ਜੀ ਹਾਂ ਤੂੰ ਨਬਜ ਪੜ ਕੇ ਆਈ ਬੈਠੀ ਜੀ ਉੱਥੇ, ਆਪਣੇ ਪਿਉਂਦ ਲਾ ਲੈਂਦੀ ਆ। ਉਸ ਵੇਲੇ ਆਵਾਜ਼ ਤੱਖੀ ਨਾਗ ਨੇ ਮਾਰੀ ਉਹਨਾਂ ਨਾਰੀਆਂ ਨੂੰ, ਐ ਭੈਣੋ ਉਹ ਤੁਸੀਂ ਕਿਹਦੀ ਗੱਲ ਕਰਦੀ ਆ, ਪੰਡਤ ਦਾ ਰੂਪ ਧਾਰ ਕੇ ਬੈਠਾ ਹੋਇਆ ਤੱਖੀ ਨਾਗ, ਇੱਕ ਮੇਰੇ ਪਿੱਛੇ ਵੀ ਹੈਗਾ, ਉਸ ਵੇਲੇ ਉਹਨਾਂ ਨਾਰਾਂ ਨੇ ਗੱਲ ਦੱਸੀ ਕਿ ਮਹਾਰਾਜ ਪੰਡਿਤ ਜੀ ਰਾਜਾ ਸਿੰਘ ਜੀ ਦੀ ਲੜਕੀ ਹੈ ਸੋਲਿਆ, ਉਹਨੂੰ ਸੱਪ ਨੇ ਡੰਗ ਲਿਆ, ਹੁਣ ਥਾਂ ਤਾਂ ਉਹੀ ਬੇਈਮਾਨ। ਬੋਲੋ ਸੱਚੇ ਦਰਬਾਰ। ਲਓ ਸਜਣੋ, ਹੁਣ ਉਹਨਾਂ ਨੇ ਸੱਚੀ ਗੱਲ ਦੱਸਦੀ ਹੈ, ਡੰਗ ਮਾਰ ਦਿੱਤਾ। ਆਖਿਆ ਹਾਂ ਜੀ ਪੰਡਿਤ ਜੀ, ਕੁੜੀਆਂ ਨੂੰ ਡੰਗ ਚ ਲੱਗ ਡੰਗ ਹੋ ਗਿਆ ਤਾਂ ਬਚਣੇ ਦੀ ਮੇਦ ਨਹੀਂ। ਆਖਿਆ ਅੱਛਾ,
ਇਹ ਹੋਇਆ ਕਦੋਂ, ਬੜਾ ਵਸਾ ਵਸਾ ਕੇ ਪੁੱਛ ਰਿਹਾ ਵੀ ਇਹਨਾਂ ਤੋਂ ਗੱਲ ਮਿਲਦਾ। ਔਰ ਮੇਰਾ ਪਤਾ ਜਿਹੜਾ ਆਏ ਰਾਜਾ ਸਿੰਘ ਜੀ ਤਾਂ ਹੀ ਪੁੱਜਿਆ, ਹੁਣ ਦੱਸੋ ਗਿਆ ਕਾਹਨੂੰ ਆਇਆ, ਕਾਹਨੂੰ ਗਿਆ? ਡੰਗ ਮਾਰਨਾ, ਮੰਗ ਨੂੰ ਮੋੜਨ ਵਾਸਤੇ। ਉਹ ਤਾਂ ਉਹਨੀ ਆਪਣਾ ਤਰੀਕਾ ਵਰਤਿਆ ਨਾ, ਫਿਰ ਆਪਣੀ ਸਮਝ ਦੇ ਨਾਲ ਕੰਮ ਕਰਨਾ ਉਹਨੀ, ਫਿਰ ਕਿੱਦਾਂ ਕੰਮ ਸੂਤ ਆ ਸਕਦਾ ਹੈ। ਹੁਣ ਜਿਸ ਵੇਲੇ ਇੰਨੀ ਗੱਲ ਉਹਨੇ ਸੁਣ ਲਈ, ਉਹਨੇ ਕਿਹਾ ਭੈਣੋ ਤੁਸੀਂ ਇੱਦਾਂ ਕੰਮ ਕਰੋ, ਜਾ ਕੇ ਰਾਜੇ ਨੂੰ ਦੱਸ ਦਿਓ ਵੀ ਖੂਹ 'ਤੇ ਇੱਕ ਪੰਡਿਤ ਆਇਆ ਹੋਇਆ ਹੈ, ਉਹ ਵੀ ਝੋਲਦਾ, ਉਹਨੇ ਕੁੜੀ ਨੂੰ ਠੀਕ ਕਰ ਦੇਣਾ, ਤੂੰ ਜਾ ਕੇ ਉਹਨੂੰ ਲਿਆ। ਹੁਣ ਤੱਖੀ ਨਾਗ ਨੇ ਇਹ ਨਾਰਾ ਨੂੰ ਸਮਝਾਤੀ ਗੱਲ ਵੀ ਉੱਥੇ ਜਾ ਕੇ ਇੱਦਾਂ ਬੋਲ ਦਿਓ ਵੀ ਖੂਹ 'ਤੇ ਪੰਡਿਤ ਹੈ, ਉਹਨੂੰ ਜਾ ਕੇ ਲਿਆ, ਆਪ ਜਾ ਕੇ ਲਿਆ, ਉਹਨੇ ਕੁੜੀ ਤੇਰੀ ਬਚਾ ਦੇਣੀ। ਤਾਂ ਹੁਣ ਮਰਦਾ ਕਿਆ ਨਹੀਂ ਕਰਦਾ, ਰੁੜਦਾ ਜਾਂਦਾ, ਕੱਖੇ ਪੱਤੇ ਨੂੰ ਹੱਥ ਪਾਉਂਦਾ ਹੀ ਹੈ ਬੰਦਾ। ਹੁਣ ਰਾਜੇ ਨੇ ਇੰਨੀ ਗੱਲ ਇਸ ਵੇਲੇ ਸੁਣੀ, ਪੰਡਿਤ ਜੀ ਆਏ ਹੈ, ਆਖਿਆ ਹਾਂ ਉਹ ਇੱਦਾਂ ਦਾ ਪੰਡਿਤ ਨਹੀਂ ਆ, ਉਹ ਬੜਾ ਕਰਨੀ ਦਾ ਪੂਰਾ ਸੰਤ ਲੱਗਦਾ ਹੈ। ਅੱਛਾ, ਨੱਠਿਆ ਨੰਗਿਆ ਪੈਰੀ ਰਾਜਾ ਸਿੰਘ ਜੀ ਖੂਹ 'ਤੇ ਆ ਕੇ ਪਹੁੰਚਿਆ ਕਿ ਮਹਾਰਾਜ ਪ੍ਰਣਾਮ ਕੀਤਾ, ਮਹਾਰਾਜ ਮੇਰੀ ਲੜਕੀ ਨੂੰ ਬਚਾ, ਮੇਰੀ ਲੜਕੀ ਨੂੰ ਕਾਲੇ ਨਾਗ ਨੇ ਡਸ ਲਿਆ। ਇਹ ਨਹੀਂ ਪਤਾ ਵੀ ਕਾਲਾ ਹੱਕ ਚਿੱਟਾ ਥਾ, ਹੁਣ ਡਸ ਲਿਆ ਕਿ ਮਹਾਰਾਜ ਮੇਰੀ ਲੜਕੀ ਨੂੰ ਬਚਾ ਲੈ। ਆਖਾ ਚੱਲ ਭਾਈ ਦੇਖ ਲੈਣਾ। ਹੁਣ ਸੱਜਣੋ ਰਾਜਾ ਸਿੰਘ ਜੀ ਜਿਹੜਾ ਉਸ ਪੰਡਿਤ ਜੀ ਨੂੰ ਲੈ ਕੇ ਆਪਣੇ ਮਹਿਲਾਂ ਦੇ ਵਿੱਚ ਪਹੁੰਚਿਆ, ਔਰ ਉਹਨੇ ਕਿਹਾ ਭਾਈ ਕੋਈ ਬਣੇ ਦੀਆਂ ਡਾਲੀਆਂ ਲਿਆਓ ਦੋ ਚਾਰ। ਹੁਣ ਬਣੇ ਦੀਆਂ ਡਾਲੀਆਂ ਮੰਗਾ ਕੇ ਪੰਡਿਤ ਜੀ ਨੇ ਦੋ ਚਾਰ ਡਾਲੀਆਂ ਮਾਰੀਆਂ। ਹੁਣ ਕਰਤੂਤ ਤਾਂ ਉਹਦੀ ਸੀ, ਉਹਨੇ ਕਿਹਾ ਝੋਲਣਾ ਨਾਲੇ ਕਿਆ ਉਤਾਰਨਾ ਪੈਸੇ, ਝੋਲੀਆਂ ਤਾਂ ਜਿਹੜੀ ਜਦ ਮੁਰਦੇ ਦੀ ਮੁਰਦਾ ਪਈ ਸੀ ਉਹ ਮਾੜੀ ਜਿਹੀ ਹਿੱਲ ਪਈ, ਤਾਂ ਰਾਜੇ ਸਿੰਘ ਜੀ ਦੇ ਸਾਹ ਦੇ ਵਿੱਚ ਸਾਹ ਆਇਆ ਤੇ ਹਿੱਲੀ ਤਾਂ ਹੈ ਮਾੜੀ ਜਿਹੀ ਵੀ ਹੈ ਫੋਕੀ ਦੇ ਵਿੱਚ, ਦੋ ਚਾਰ ਡਾਲੀਆਂ ਹੋਰ ਮਾਰੀਆਂ। ਸੋਲਿਆ ਉੱਠ ਕੇ ਬੈਠ ਕੇ ਬੋਲੋ ਸੱਚੇ ਦਰਬਾਰ ਕੀ, ਉੱਠ ਕੇ ਬੈਠ ਗਈ। ਉਹਨੇ ਸੋਚਿਆ ਵੀ ਇਹ ਤਾਂ ਉੱਠ ਕੇ ਬੈਠ ਹੀ ਗਈ, ਅਜਾ ਇੱਦਾਂ ਨਹੀਂ ਗੱਲ ਬਣਨੀ, ਇਹ ਪੁੱਠੀਆਂ ਡਾਲੀਆਂ ਮਾਰੀਆਂ ਹਟ ਗਿਆ, ਫਿਰ ਪਿੱਛੇ ਨੂੰ ਪਏਗੀ, ਪਿੱਛਾ ਹੈ। ਜਿਸ ਵੇਲੇ ਪਿੱਛੇ ਨੂੰ ਪੈ ਗਈ, ਉਸ ਵੇਲੇ ਪੰਡਿਤ ਜੀ ਨੇ ਪੁੱਛਿਆ ਕਿ ਰਾਜਾ ਸਾਹਿਬ ਹੁਣ ਗੱਲਾਂ ਦੋ ਕਰਨੀਆਂ। ਆਖਾ ਮਹਾਰਾਜ ਦੱਸੋ ਜੀ ਮਹਾਰਾਜ। ਆਖਾ ਫਿਰ ਲੜਕੀ ਬਚਾਉਣੀ ਹੈ? ਆਖਾ ਮਹਾਰਾਜ ਬਚਾਉਣੀ ਹੈ ਜੀ, ਮੈਂ ਤਾਂ ਹੀ ਤੁਹਾਨੂੰ ਲੈ ਕੇ ਆਇਆ। ਆਖਾ ਹੁਣ ਤੂੰ ਮੈਨੂੰ ਇਹ ਗੱਲ ਦੱਸ ਵੀ ਇਸ ਲੜਕੀ ਦਾ ਰਿਸ਼ਤਾ ਕਿੱਥੇ ਕੀਤਾ ਸੀ? ਆਖਿਆ ਮਹਾਰਾਜ ਇਹਦਾ ਪਹਿਲਾ ਰਿਸ਼ਤਾ ਜਿਹੜਾ ਨਾ ਇਹ ਮਾਰੂ ਦੇਸ਼ ਗੁੱਗੇ ਨੂੰ ਕੀਤਾ ਥਾ। ਆਖਿਆ ਫੇਰ? ਆਖਿਆ ਮਹਾਰਾਜ ਉੱਥੇ ਅਸੀਂ ਨਾਂ ਦੇ ਦਿੱਤੀ। ਆਖਿਆ ਹੁਣ? ਆਖਿਆ ਹੁਣ ਕਸ਼ਪ ਦੇਸ਼ ਵਿੱਚ ਕੰਨੂਆਂ ਨੂੰ ਦਿੱਤਾ ਹੋਇਆ ਰਿਸ਼ਤਾ ਇਹਦਾ। ਬੋਲੋ ਸੱਚੇ ਦਰਬਾਰ ਕੀ, ਕੰਨੂਆਂ ਨੂੰ ਦਿੱਤਾ ਹੋਇਆ ਰਿਸ਼ਤਾ। ਆਖਿਆ ਬਸ ਫਿਰ ਹੁਣ ਕੰਨੂਆਂ ਨੂੰ ਦੇ ਚਾ, ਤੈ ਦੋਹਾਂ ਪਾਸਿਆਂ ਤੇ ਜਾਣ। ਪੰਡਿਤ ਜੀ ਕਹਿ ਰਹੇ ਹਨ। ਆਖਿਆ ਮਹਾਰਾਜ ਫੇਰ ਦੱਸੋ ਹੁਣ ਤੁਸੀਂ। ਆਖਿਆ ਗੱਲ ਸੁਣ ਲੈ ਭਾਈ,
ਅਗਰ ਜੇ ਤਾਂ ਲੜਕੀ ਬਚਾਉਣੀ ਹੈ ਤਾਂ ਇਹਨੂੰ ਖੋਟ ਗੁੱਗੇ ਦਾ ਹੈ ਜਿਹਨੂੰ ਤੂੰ ਲੜਕੀ ਦਿੱਤੀ ਹੋਈ। ਜੇ ਤਾਂ ਤੂੰ ਇਸ ਲੜਕੀ ਦਾ ਡੋਲਾ ਉਸ ਗੁੱਗੇ ਯਾਹਰ ਪੀਰ ਨੂੰ ਦੇਵੇਂ ਤਾਂ ਤੇਰੀ ਲੜਕੀ ਬਚ ਸਕਦੀ, ਵਰਨਾ ਇਹਦੀ ਆਸ ਨਾ ਰੱਖੀ। ਕਿਉਂ ਨਹੀਂ ਜਾਹਿਰ ਹੀ ਐਸਾ ਭਰਿਆ ਜਿਸ ਵੇਲੇ ਲੜਿਆ ਖਾ, ਹੁਣ ਉਹੀ ਗੱਲਾਂ ਕਰ ਰਹੇ ਆ ਉਹਦੇ ਨਾਲ। ਆਖਾ ਮਹਾਰਾਜ ਮੇਰੀ ਲੜਕੀ ਬਚ ਜਾਵੇ ਮੈਂ ਉੱਥੇ ਹੀ ਇਹਨੂੰ ਵਿਆਹ ਹੀ ਦੇਂਗਾ। ਰਾਜਾ ਸਿੰਘ ਜੀ ਅਰਜ਼ਾਂ ਕਰ ਰਿਹਾ, ਉਹਨੇ ਫਿਰ ਸਿੱਧੀਆਂ ਡਾਲੀਆਂ ਮਾਰੀਆਂ, ਫਿਰ ਬਿਠਾ ਲਈ। ਆਖਿਆ ਫਿਰ ਆਖਿਆ ਹੁਣ ਕਿਆ ਕਰਨਾ। ਆਖਿਆ ਮਹਾਰਾਜ ਮੈਂ ਦਿੱਤੀ ਲੜਕੀ ਉੱਥੇ, ਮੇਰੀ ਲੜਕੀ ਨੂੰ ਕੁਛ ਨਹੀਂ ਹੋਣਾ ਚਾਹੀਦਾ। ਆਖਿਆ ਲਿਖ ਫਿਰ ਸਾਹ ਚਿੱਠੀ। ਉਸ ਵੇਲੇ ਰਾਜਾ ਸਿੰਘ ਜੀ ਨੇ ਸਾਹ ਚਿੱਠੀ ਲਿਖੀ, ਪੈਨਸਲ ਫੜ ਲਈ, ਕਾਪੀ ਫੜ ਲਈ, ਲਿਖਣ ਲੱਗਾ ਕਿਆ। ਅੱਠਾਂ ਦਿਨਾਂ ਦੇ ਲਗਨ, ਨੌਵੇਂ ਦੇ ਫੇਰੇ, ਦਸਵੇਂ ਦੇ ਜਵਾਬ। ਬੋਲੋ ਸੱਚੇ ਦਰਬਾਰ ਕੀ। ਛਿਆਂ ਮਹੀਨਿਆਂ ਦਾ ਰਸਤਾ, ਫਿਰ ਵੀ ਰਾਜਾ ਸਿੰਘ ਜੀ ਟਾਲਿਆ ਨਹੀਂ ਵੀ ਅੜ ਵਿੱਚ ਪਾਓ। ਛਿਆਂ ਮਹੀਨਿਆਂ ਦਾ ਰਸਤਾ ਹੈ, ਅਸੀਂ ਅੱਠਾਂ ਦਿਨਾਂ ਦਾ ਲਗਨ ਲਿਖਣਾ, ਪੁੱਜਣ ਕਿੱਦਾਂ ਪੁੱਜਣਾ। ਲੇਕਿਨ ਉਹਨਾਂ ਦੀ ਹਸਤੀ ਦਾ ਸਿੰਘ ਜੀ ਰਾਜੇ ਨੂੰ ਪਤਾ ਨਹੀਂ ਕਿ ਉਹਦੇ ਨਾਲ ਹਸਤੀਆਂ ਕਿੱਦਾਂ ਹੈ, ਕਿੱਦਾਂ ਦੀਆਂ ਹੈ। 33 ਕਰੋੜ ਦੇਵੀ ਦੇਵਤਾ ਇਹਦੇ ਨਾਲ, 33 ਕਰੋੜ ਦੇਵੀ ਦੇਵਤਾ, ਜਿੱਥੇ ਗੁਰੂ ਗੋਰਖਨਾਥ ਵਰਗੀਆਂ ਹਸਤੀਆਂ ਇਹਦੇ ਨਾਲ ਹੈ, ਉਹ ਹਾਰ ਖਾਣੇ ਵਾਲਾ। ਜੇ ਦਸਵੇਂ ਨੂੰ ਸਾਡੇ ਰਾਜ ਵਿੱਚ ਪਹੁੰਚ ਗਏ ਤਾਂ ਲੜਕੀ ਦਾ ਜਵਾਬ। ਫਿਰ ਸ਼ਰਤ ਕਿਆ ਲਿਖੀ, ਸਵਾ ਪੰਸਰ ਸਰਮਾ ਲਿਖ ਕੇ ਭੇਜੀ ਸਿੰਜੀ ਰਾਜੇ ਨੇ, ਕਿਤੇ ਇਤਨੀ ਆਵੇ ਬਰਾਤ ਪਾਈ। ਉਹ ਛਾਤੀ ਵਜੇ ਵੱਜਦੇ ਆਵਣ ਮਾਰੂ ਦੇ ਸਾਦੇ, ਕਿਤੇ ਲੱਗ ਜਾਵੇ ਗੁਲਜ਼ਾਰ ਪਾਈ। ਸਵਾ ਪੰਸਰ ਸਰਮਾ ਲਿਖ ਦਿੱਤੀ ਪਈ, ਉਹ ਤੋਲ ਕੇ ਜਿੰਨੇ ਇਹਦੇ ਦਾਣੇ ਹੋਣੇ ਐਨੀ ਬਰਾਤ ਆ ਗਈ। ਦਾਣੇ ਦਾਣੇ ਪ੍ਰਤੀ ਘੋੜਾ ਆਵੇ, ਘੋੜੇ ਪ੍ਰਤੀ ਸਵਾਰ ਆਵੇ, ਔਰ 36 ਵਜੇ ਵੱਜਦੇ ਆਣ ਤਾਂ ਅਸੀਂ ਲੜਕੀ ਦਾ ਡੋਲਾ ਦੇ ਆਣ। ਬੋਲੋ ਸੱਚੇ ਦਰਬਾਰ ਕੀ। ਇਹ ਸ਼ਰਤਨਾਮਾ ਲਿਖ ਕੇ ਤਾਂ ਰਾਜਾ ਸਿੰਘ ਜੀ ਕਹਿਣ ਲੱਗਿਆ, ਮਹਾਰਾਜ ਹੁਣ ਇਹ ਪਰਵਾਨਾ ਇਹ ਹੁਣ ਕਿ ਨਹੀਂ ਜਾਣਾ, ਅਸੀਂ ਤਾਂ ਪੁੱਠਾ ਸਿਰਹਾਣਾ ਅੱਗੇ ਪਏ ਹੋ। ਆਖਿਆ ਮਹਾਰਾਜ ਹੁਣ ਇਹ ਵੀ ਕਸ਼ਟ ਪੰਡਿਤ ਜੀ ਹੁਣ ਤੁਸੀਂ ਕਰਨਾ, ਮੇਰੇ ਵਾਲਾ ਪੰਡਿਤ ਨਫੈਥਰ ਇਹ ਤਾਂ ਪਹਿਲਾਂ ਪੁਆੜਾ ਪਾ ਦਿੱਤਾ, ਟਿੱਕਾ ਇੱਕ ਨੂੰ ਭੇਜਿਆ, ਤਿੰਨਾਂ ਨੂੰ ਚੜ੍ਹਾਇਆ ਆ। ਤਾਂ ਮਹਾਰਾਜ ਪੰਡਿਤ ਜੀ ਵੀ ਤੁਸੀਂ ਮੈਨੂੰ ਸੰਤ ਲੱਗਦੇ, ਤੁਸੀਂ ਪੰਡਿਤ ਨਹੀਂ।
ਤੁਸੀਂ ਮੇਰੇ ਕੰਮ ਨੂੰ ਤੁਸੀਂ ਕਰ ਸਕਦੇ। ਤਾਂ ਤੁਸੀਂ ਇਹ ਪਰਵਾਨਾ ਜਿਹੜਾ ਨਾ ਮਾਰੂ ਦੇਸ਼ ਦੇ ਵਿੱਚ ਕਿਉਂਕਿ ਜ਼ਹਿਰ ਪੀਰ ਨੂੰ ਪਜਾਓ। ਮੈਂ ਕਿਹਾ ਚੱਲ ਮੈਨੂੰ ਭਾਈ ਇੰਨਾ ਟਾਈਮ ਤਾਂ ਹੈ ਨਹੀਂ, ਪਰ ਚੱਲ ਜੇ ਤੁਹਾਡੀ ਲੜਕੀ ਬਚ ਜਾਵੇ ਤਾਂ ਮੈਂ ਹੀ ਤੁਹਾਡਾ ਕੰਮ ਕਰ ਦਿੰਦਾ। ਉਹ ਪਰਵਾਨਾ ਲੈ ਕੇ ਹੁਣ ਤੱਖੀ ਨਾਗ ਆਪਣੇ ਵਿੱਚ ਬਾਗ ਦੇ ਆਇਆ। ਬਾਗਾਂ ਦੇ ਵਿੱਚ ਹੁਣ ਆਪਣੀ ਦੇਹ ਪਲਟੀ, ਕਾਗ ਦਾ ਰੂਪ ਬਣਾਇਆ। ਤਾਂ ਉਹ ਪਰਵਾਨਾ ਗੁਰੂ ਗੋਰਖਨਾਥ ਦੇ ਕੋਲ ਪੁਜਾਇਆ। ਬੋਲੋ ਸੱਚੇ ਦਰਬਾਰ ਕੀ। ਹੁਣ ਅੱਗੇ ਗੁਰੂ ਗੋਰਖਨਾਥ ਨੇ ਗੁੱਗੇ ਜਾਹਰ ਪੀਰ ਨੂੰ ਪਜਾਣਾ, ਇੱਥੋਂ ਹੁਣ ਵਿਆਹ ਸ਼ੁਰੂ ਕਰਾਉਣਾ। ਹੁਣ ਮੰਗ ਤਾਂ ਮੋੜ ਕੇ ਲੈ ਆਇਆ, ਹੁਣ ਵਿਆਹ ਦੀ ਤਿਆਰੀ ਹੋਈ। ਕਿਤੇ ਜਿਉਂਦੇ ਰਹਾਂਗੇ ਤੁਹਾਨੂੰ ਅਗਲੇ ਸਾਲ ਨੂੰ ਸੁਣਾਵਾਂਗਾ ਵਿਆਹ। ਤੇ ਹੁਣ ਤਾਂ ਸੌਣ ਦਾ ਵੇਲਾ ਹੋ ਗਿਆ। ਬੋਲੋ ਸੱਚੇ ਦਰਬਾਰ ਕੀ।